ਆਪਣੇ ਬੰਦੇ ਦੀ ਗੱਡੀ ਬਹੁਤ ਤੰਗ ਕਰਦੀ ਆ, ਕੋਈ ਨਾ ਕੋਈ ਪੰਗਾ। ਹਾਂ ਅੱਜ ਕੀ ਹੋਇਆ? ਆਪਾਂ ਨੂੰ ਅੱਜ ਬਾਈ ਜਾਣਾ ਪੈਣਾ ਵਾ ਅਗੇਨ ਵਰਕਸ਼ਾਪ। ਏਸੀ ਨਹੀਂ ਚੱਲਦਾ ਇਹਦੀ ਗੱਡੀ। ਮੈਕਸੀਮਮ ਅੱਜ ਠੀਕ ਕਰਾ ਕੇ 45 ਕੁ ਮਿੰਟ ਕੱਢਦੀ ਆ, ਫਿਰ ਮਕੈਨਿਕ ਦੀ ਲੋੜ ਪੈਂਦੀ। ਇੱਕ ਮੁਰੇ ਦੋ ਲਾਈਟ ਨਹੀਂ ਚੱਲਦੀ, ਉਹ ਸੈੱਟ ਕਰਾਉਣੀ ਆ। ਹੈਂ ਚੱਲ ਫਿਰ ਫਿਰ ਮਤਲਬ ਹੁਣ ਕੀ ਕਰੀਏ ਦੱਸ? ਹੁਣ ਤੁਹਾਨੂੰ ਕਰਾਉਣਾ ਹੀ ਪੈਣਾ। ਰਸ਼ ਬਹੁਤ ਆ, ਰਿਸ਼ਤਾ ਲੈ ਕੇ ਚੱਲਿਆ ਯਾਰ, ਬਹੁਤ ਟ੍ਰੈਫਿਕ ਹੋਣਾ ਵਾ, ਟ੍ਰੈਫਿਕ ਬਹੁਤ ਹੋਣਾ, ਬਹੁਤ ਜ਼ਿਆਦਾ। ਹੈਂ ਬਹੁਤ ਜ਼ਿਆਦਾ। ਚੱਲੀਏ ਫਿਰ, ਚੱਲ ਕਰ ਦਈਏ ਫਿਰ, ਪਾ ਲਈਏ ਪਟਾਕੇ ਸ਼ਾਰਜਾ ਚ। ਸਾਡੀ AK-47 ਲਾ ਲਈ ਕਿਸੇ ਨੇ, ਪੈ ਨਿੱਕੀ ਟੋਈ ਨਿੱਕੀ ਵਾਲੀ, ਉਹ ਜਿੱਥੇ ਟੰਗੀ ਦਿੰਦੀ ਗੱਡੀਆਂ ਦੀ ਸ਼ੋਅ ਚ, ਉਹ ਲੱਭਣੀ ਆ ਆਪਾਂ। ਚੱਲੀਏ ਮੈਂ, ਚੱਲ ਯਾਰ ਬਬਾਸ। ਇੱਦਾਂ ਤਾਂ ਹੋਣਾ ਨਹੀਂ ਆਪਾਂ ਕਾਮਯਾਬ, ਆਪਾਂ ਗਲਤ ਟਾਈਮ ਆ ਗਿਆ ਯਾਰ। ਮਾਰਕੀਟ ਆਲਮੋਸਟ ਬੰਦ ਹੋ ਗਈ, ਮੈਨੂੰ ਲੱਗਦਾ ਜੁੰਮਾ ਰਾਤ ਕਰਕੇ, ਜੁੰਮਾ ਕਰਕੇ ਬੰਦ ਹੋ ਗਈ, ਲੱਭਣਾ ਸੀ ਦੁਕਾਨਾਂ ਬੰਦ ਆ। ਇੱਕ ਨੂੰ ਪੁੱਛਿਆ ਸੀ ਕਹਿੰਦਾ ਗੈਸ ਖਤਮ ਹੋ ਗਈ ਸਾਡੇ ਕੋਲ, ਦਿਖਾ ਦੇ ਬਾਹਰ ਕਿੱਥੇ। ਇੱਥੋਂ ਰਾਈਟ ਲੈ ਲਈਏ, ਇੱਥੋਂ ਲਈਏ। ਸ਼ਾਰਜਾ ਦੀ ਸੈਕਿੰਡ ਹੈਂਡ ਮਾਰਕੀਟ, ਇਹ ਚ ਤੁਸੀਂ ਕੁਛ ਵੀ ਸੈਕਿੰਡ ਹੈਂਡ ਲੈਣਾ ਤੁਹਾਨੂੰ ਮਿਲ ਜੂਗਾ। ਲਾਈਕ LCD ਲੈਣੀ ਆ, TV ਲੈ ਲਓ, ਫਰਿੱਜ ਲੈ ਲਓ, ਕੁਛ ਕੁਛ ਹਾਊਸ ਹੋਲਡਿੰਗ ਫੁੱਲ ਮਟੀਰੀਅਲ, ਫੁੱਲ ਮਟੀਰੀਅਲ ਹਾਊਸ ਹੋਲਡਿੰਗ। ਉਹਦੇ ਗੱਡੀਆਂ ਖੜੀਆਂ, ਗੱਡੀਆਂ ਦਾ ਕਿਹੜੀ ਵੀ ਗੱਡੀ ਦਾ ਸੈਕਿੰਡ ਹੈਂਡ ਸਮਾਨ ਕੁਛ ਵੀ ਲੈਣਾ ਸਭ ਮਿਲਦਾ। ਇਹਨੇ ਮੌਜੂਦ ਉਹ AC ਪਏ ਅੰਦਰ, ਥੋੜ੍ਹਾ ਆਪਣਾ ਸ਼ੀਸ਼ੇ ਕਲੀਨ ਨਹੀਂ ਗਏ, ਲੈਫਟ ਲੈ ਲਓ ਬਾਈ, ਕੰਮ ਸਾਡੇ ਹੋ ਰਹੀ ਆ। ਵਾਸ਼ਿੰਗ ਮਸ਼ੀਨ ਪਈਆਂ, TV, ਚੱਲ ਬਸ ਸਾਰਾ ਕੁਛ ਲਾਏਗਾ ਕਿ ਨਹੀਂ ਕਿਤੇ ਪਾਰਕਿੰਗ? ਯਾਰ ਪਾਰਕਿੰਗ ਨਹੀਂ ਮਿਲਦੀ ਤੈਨੂੰ, ਤੂੰ ਕੀ ਕਰੇਗਾ ਜ਼ਿੰਦਗੀ 'ਚ ਅੱਗੇ? ਜ਼ਿੰਦਗੀ 'ਚ ਕੁਛ ਕਰਕੇ ਦਿਖਾਵਾਂਗਾ, ਤੂੰ ਪਾਰਕਿੰਗ ਲਾ ਕੇ ਦਿਖਾ ਪਹਿਲਾਂ। ਅੱਜ ਰਸ਼ ਹੈ ਨੀਗਾ ਸਾਨੂੰ, ਤਾਂ ਵੀ ਪਾਰਕਿੰਗ ਨਹੀਂ ਮਿਲਦੀ, ਮੀਨਸ ਮਾਰਕੀਟ ਬੰਦ ਹੋਈ ਅੱਧੇ ਨਾਲੋਂ ਵੱਧ। ਆਹ ਕੀ ਆ, ਇੱਥੇ ਲਾ ਦੇ ਗੁਲਾ ਬੱਲੀ, ਗੁਲਾ ਬਾਈ, ਇੱਥੇ ਕਿੱਥੇ ਤਾਂ ਲੱਭਣੀ ਚਾਹੀਦੀ ਤੈਨੂੰ ਪਾਰਕਿੰਗ, ਹੁਣ ਨਾ ਖਾਲੀ ਆ ਗਿਆ, ਹੁਣ ਤਾਂ ਜਮਾਂ ਇਦੂ ਬਾਅਦ ਦੁਨੀਆਂ ਖਤਮ ਹੋ ਚੱਲੀ। ਉਹਦੇ ਉਹਦੇ ਗੱਡੀ ਨਿਕਲਦੀ ਉਹਦੇ ਪਿੱਛੇ ਖੜਾ ਲਾ, ਪਾਰਕਿੰਗ ਤਾਂ ਸਾਨੂੰ ਮਿਲ ਗਈ ਸੀ, ਬਟ ਅਸੀਂ ਇਹਦੇ ਮੂਹਰੇ ਲਾਉਣੀ ਸਹੀ ਨੀ ਸਮਝੀ, ਕਿਉਂਕਿ ਫਿਰ ਫਾਈਨ ਦੇ ਜੂਗਾ ਇਹਦੇ ਮੂਹਰੇ, ਮਾਫ ਨਹੀਂ ਕਰਨਾ ਉਹਨਾਂ ਨੇ, ਕਿਤੇ ਹੋਰ ਲੱਭ ਜੂ ਪਾਰਕਿੰਗ, ਕਿੱਡੀ ਗੱਲ ਆ। ਮਸਲਾ ਇਹ ਬਣ ਗਿਆ ਪਾਰਕਿੰਗ ਦਾ, ਨਹੀਂ ਨਹੀਂ ਬਹੁਤ ਤੁਰਨਾ ਪੈਣਾ ਰਾਹ ਵਾ। ਸਲਿਮੇ ਆਪਾਂ ਜੰਗ ਲੱਗਦਾ ਹਾਰ ਰਹੇ ਹਾਂ, ਹਾਰ ਨਹੀਂ ਜੰਗ ਪਾਰਕਿੰਗ ਉੱਥੇ ਮਿਲ ਗਈ ਸੀ, ਉੱਥੇ ਜਿੱਥੇ ਆਹ ਗੱਡੀ ਲਾਈ ਆ ਗੌਰਮੈਂਟ ਦੀ ਜਗ੍ਹਾ ਤੇ, ਉਹਨਾਂ ਨੇ ਉਹੀ ਟੋ ਕਰਕੇ ਲੈਣੀ ਆ, ਇੱਥੋਂ ਆਪਾਂ ਅੱਗੇ ਲੱਭ ਲਾਂਗੇ। ਜਿਵੇਂ ਕਿ ਆਹ ਪਈਆਂ ਪੁਰਾਣੀਆਂ ਗੱਡੀਆਂ, ਸਕ੍ਰੈਪ ਦਾ ਮਾਲ ਪੈਂਚਰ ਹੋ ਗਿਆ, ਬਜਾਜ ਦੀ ਗੱਡੀ, ਉੱਥੇ ਗਲਤ ਕੰਮ ਹੋ ਗਿਆ ਇਹਨਾਂ, ਇੱਥੇ ਦੇਖ ਇੱਥੇ ਪਾਰਕਿੰਗ ਲਾ ਆਪਾਂ ਇੱਥੇ। ਹੋ ਗਈ ਤੇਰੀ ਗੈਸ ਹੁਣ, ਖੁਸ਼ ਆ? ਮੈਂ ਬਹੁਤ ਖੁਸ਼ ਹੋ ਗਿਆ, ਪੜ ਬਦਨਾਮ ਕਰ। ਭਰੋਸਾ ਸਾਨੂੰ ਹੈ ਨਹੀਂ ਇੱਥੇ ਕਿਸੇ 'ਤੇ, ਸਾਰੇ ਠੱਗ ਜਿਹੇ ਲੱਗ ਰਿਹਾ ਸਾਰੇ ਹੀ, ਅਤੇ ਚਲੋ ਕੋਈ ਗੱਲ ਨਹੀਂ,
ਇਹਨੇ ਪਾਈ ਤਾਂ ਮੈਨੂੰ ਨਹੀਂ ਲੱਗਦਾ ਪੂਰੀ ਆਉਣੀ ਪਾਈ ਹੋਣੀ ਹਾਂ ਯਕੀਨ ਨਹੀਂ ਬੰਦਿਆਂ ਘੰਟੇ ਦੋ ਖਰਾਬ ਕਰਨ ਤੋਂ ਬਾਅਦ ਅਸੀਂ 5 ਮਿੰਟ ਦਾ ਕੰਮ ਕਰਵਾ ਕੇ ਚੱਲੇ ਆ ਘਰ ਨੂੰ ਸਹੀ ਆ ਅਜੇ ਤੂੰ ਉੱਥੇ ਵੀਡੀਓ ਨਹੀਂ ਬਣਾਈ ਤੈਨੂੰ ਸੈਕਿੰਡ ਹੈਂਡ ਮਾਰਕੀਟ ਤੋਂ ਦਿਖਾਈ ਸੀ ਹਾਂ ਅਜੇ ਅਸੀਂ ਇੱਥੇ ਉੱਥੇ 2 ਘੰਟੇ ਹੋਏ ਕਿਉਂ ਖਰਾਬ ਅਸੀਂ ਉਹ ਜਿਹੜੀ ਮਾਰਕੀਟ ਆ ਉਹਦੇ ਵਿੱਚ ਚਲੇ ਗਏ ਸੀ ਇੱਥੇ ਸੈਕਿੰਡ ਹੈਂਡ ਮਟੀਰੀਅਲ ਜੇ ਮਿਲ ਸੈਕਿੰਡ ਹੈਂਡ ਵੀ ਨਵਾਂ ਵੀ ਫਰੈਸ਼ ਸਾਰੇ ਸਾਰਾ ਸਮਾਨ ਮਿਲਦਾ ਅਸੀਂ ਚੱਲ ਕੇ ਦੇਖ ਚੱਲਦੇ ਹਾਂ ਪਰ ਸ਼ੋਪਿੰਗ ਬੰਦਿਆਂ ਦੇ ਵੱਸ ਦਾ ਰੋਗ ਨਹੀਂ ਹੈਗਾ ਇਹਦੇ ਲਈ ਨਾ ਰੱਬ ਨੇ ਇੱਕ ਔਰਤ ਨੂੰ ਪੈਦਾ ਕੀਤਾ ਇਹ ਉਹਨਾਂ ਦੇ ਵੱਸ ਦਾ ਹੀ ਗੇਮ ਆ ਸਲੀਮੇ ਆਪਣੇ ਨਹੀਂ ਬੰਦਾ ਤਾਂ ਸਿਰਫ ਆਪਾਂ ਫਾਲਤੂ ਜਗ੍ਹਾ 'ਚ ਪੈਸੇ ਮਿਲਾਉਣੇ ਸੀ ਨਾ ਹਾਂ ਕੀ ਲੈਂਦਾ ਰਹਿੰਦਾ ਤੂੰ ਇਹ 'ਚ ਆਪਾਂ ਲੈਮਨ ਵਗੈਰਾ ਪਾ ਕੇ ਰੱਖਾਂਗੇ ਪਾਣੀ ਬਹਾਨੇ ਪੀਤੇ ਵੀ ਜਦੋਂ ਆਪਣੇ ਟੇਬਲ 'ਤੇ ਤਿਆਰ ਹੋਊਗਾ ਥੋੜ੍ਹਾ ਭੁੱਖ ਦੱਸ ਮੈਨੂੰ ਕੀ ਲੈਣਾ ਦੱਸ ਵੀ ਬਾਲ ਵੀ ਵਾਹ ਲਿਆ ਕਰ ਕਦੇ ਆਪੂ ਕੀ ਲੱਭਦਾ ਬੇਟਾ ਬਈ ਆਹ ਲੈ ਲਈ ਫਿਰ ਪੂਰੀ ਹੱਥ ਕਰਾਉਂਦੀ ਆ ਹੱਥ ਨਾ ਪੂਰੀ ਕੱਲ੍ਹ ਤੋਂ ਇਹੀ ਕੱਢਣੀ ਆਪਾਂ ਯਾਰ ਟਾਕੀਆਂ ਲਾ ਲਈ ਹੁਣ ਟਾਕੀ ਲਾ ਦੇ ਉਹ ਚੱਕ ਇਹਦੀ ਇਹਦੀ ਆਪਾਂ ਤਹਿ ਤੱਕ ਜਾਣਾ ਹੱਥ ਕਰਾਉਣਾ ਹੱਥ ਕਰਾਉਣੀ ਯਾਰ ਆਪਾਂ ਜਵਾਕ ਨੂੰ ਆਹ ਲੈ ਸੀ ਉਹ ਦਿਖਾ ਦੇ ਵੀਡੀਓ 'ਚ ਆਹ ਲੈ ਜਵਾਕ ਆਪਣੇ ਬਹੁਤ ਠੀਕ ਆ ਇਹ 'ਚ ਖੁਸ਼ ਜਾਕੀ ਹੋਈ ਹੈਪੀ ਖੁਸ਼ੀਆਂ 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 ਲਾ 10 ਰੁਪਈਏ ਆਉਣ ਸਾਰੇ ਖੜਾ